ਅੱਜ ਅਸੀਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਇੱਕ ਇਹੋ ਜਿਹੀ ਸ਼ਖਸੀਅਤ ਨਾਲ। ਸਾਡੀ ਮੁਰਾਦ ਹੈ ਬੀਬੀ ਸਰਬਜੀਤ ਕੌਰ ਮਾਨੁਕੇ ਜੀਤੋ, ਜੋ ਕਿ ਜਗਰਾਉਂ ਤੋਂ ਆਮ ਆਦਮੀ ਪਾਰਟੀ ਦੇ MLA ਨੇ ਅਤੇ ਪਿਛਲੇ 4 ਸਾਲਾਂ ਤੋਂ ਬਹੁਤ ਵਧੀਆ ਤਰੀਕੇ ਨਾਲ ਆਪਣੀਆਂ ਸੇਵਾਵਾਂ ਦੇ ਰਹੇ ਨੇ। ਉਹ ਆਪਣੇ ਹਲਕੇ ਦੇ ਵਿਕਾਸ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਨੇ ਔਰ ਬਹੁਤ ਤੇਜ਼ੀ ਨਾਲ ਉਹਨਾਂ ਨੇ ਆਪਣੇ ਹਲਕੇ ਵਿੱਚ ਵਿਕਾਸ ਕਰਵਾਇਆ ਹੈ। ਉਹਨਾਂ ਦਾ ਕਹਿਣਾ ਹੈ ਕਿ ਅਗਰ ਸੰਨ 2022 ਦੇ ਵਿੱਚ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੀ ਹੈ ਤਾਂ ਇੱਥੇ ਵੀ ਦਿੱਲੀ ਦੀ ਤਰਜ਼ ਦੇ ਉੱਪਰ ਬਹੁਤ ਸਾਰਾ ਕੰਮ ਕੀਤਾ ਜਾਏਗਾ, ਲੋਕਾਂ ਦੇ ਵਿਕਾਸ ਲਈ ਖੂਬ ਸਾਰੀ ਮਿਹਨਤ ਕੀਤੀ ਜਾਏਗੀ, ਪੰਜਾਬ ਨੂੰ ਇੱਕ ਵਾਰ ਫਿਰ ਤੋਂ ਹਰਾ ਭਰਾ ਪੰਜਾਬ ਬਣਾ ਦਿੱਤਾ ਜਾਏਗਾ ਅਤੇ ਇਸ ਨੂੰ ਸੋਨੇ ਦੀ ਚਿੜੀਆ ਬਣਾ ਦਿੱਤਾ ਜਾਏਗਾ। ਆਓ ਕਰਦੇ ਹਾਂ ਗੱਲਬਾਤ ਸਰਬਜੀਤ ਕੌਰ ਮਾਨੁਕੇ ਜੀ ਦੇ ਨਾਲ। ਦਰਸ਼ਕੋ, ਪੰਜਾਬ ਪਲੱਸ ਚੈਨਲ 'ਤੇ ਤੁਹਾਡਾ ਸਵਾਗਤ ਹੈ। ਅੱਜ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਬੀਬੀ ਸਰਬਜੀਤ ਕੌਰ ਮਾਨੁਕੇ ਦੇ ਨਾਲ, ਇੱਕ ਐਸਾ ਨਾਮ ਜਿਨ੍ਹਾਂ ਨੇ ਪਿਛਲੇ 5 ਸਾਲ ਦੇ ਵਿੱਚ ਜਗਰਾਵਾਂ ਦੇ ਏਰੀਏ ਦੇ ਵਿੱਚ ਬਹੁਤ ਵੱਡੀ ਸੇਵਾ ਕੀਤੀ ਹੈ ਔਰ ਆਪ ਪਾਰਟੀ ਨਾਲ ਜੁੜੇ ਹੋਏ ਨੇ। ਭੈਣ ਜੀ, ਤੁਹਾਡਾ ਸਵਾਗਤ ਹੈ ਸਾਡੇ ਸਪੈਸ਼ਲ ਸ਼ੋਅ 'ਚ। ਬਹੁਤ ਬਹੁਤ ਧੰਨਵਾਦ ਜੀ। ਪੰਜਾਬ ਪਲੱਸ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਫਤਿਹ ਦੀ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ, ਜੋ ਕੰਮ ਲੋਕ 4 ਸਾਲਾਂ ਬਾਅਦ ਕਰਦੇ ਆ ਔਰ 4 ਸਾਲਾਂ ਬਾਅਦ ਦਰਬਾਰ ਲੱਗਦੇ ਆ ਉਹਨਾਂ ਦੇ, ਕਿ ਅਸੀਂ ਆਪਣੇ ਘਰ ਦੇ ਵਿੱਚ ਲੋਕਾਂ ਨੇ ਆਉਣਾ ਜਾਣਾ, ਜਿਨ੍ਹਾਂ ਨੇ MLA ਬਣ ਕੇ ਸੇਵਾਵਾਂ ਦੇਣੀਆਂ, ਉਹ ਕੰਮ ਪਹਿਲੇ ਦਿਨ ਤੋਂ ਤੁਸੀਂ ਸਟਾਰਟ ਕਰਤਾ ਸੀਗਾ, ਕੀ ਕਹਿਣਾ ਚਾਹੋਗੇ ਕਿ 5 ਸਾਲ ਦੀ ਟਨਿਓਰ ਆ ਜਿਹੜੀ ਉਹ ਸੇਵਾ 'ਚ ਲੰਘੀ ਹੈਗੀ ਆ, ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ 'ਚ ਲੰਘੀ ਹੈਗੀ ਆ, ਔਰ ਕੋਈ ਵੀ ਲੋੜਵੰਦ ਬੰਦਾ ਇਰਸਪੈਕਟਿਵ ਆਫ ਪਾਰਟੀ ਕਦੇ ਵੀ ਬੀਬੀ ਨੇ ਇਹ ਨਹੀਂ ਸੋਚਿਆ ਕਿ ਇਹ ਕਿਸ ਪਾਰਟੀ ਨੂੰ ਬਿਲੋਂਗ ਕਰਦਾ, ਵੋਟ ਪਾਈ ਆ ਸਾਨੂੰ ਨਹੀਂ ਪਾਈ, ਲੇਕਿਨ ਜੋ ਜਗਰਾਵਾਂ ਦਾ ਜਾਂ ਆਸ ਪਾਸ ਦੇ ਪਿੰਡਾਂ ਦੀਆਂ ਸਮੱਸਿਆਵਾਂ ਉਹਨਾਂ ਨੂੰ ਲੈ ਕੇ ਚਾਹੇ ਤੁਹਾਨੂੰ ਕਿਤੇ ਵੀ ਬੋਲਣਾ ਪਵੇ, ਕਿਤੇ ਲੜਨਾ ਪਵੇ, ਕਿਤੇ ਆਪਣੀ ਆਵਾਜ਼ ਬੁਲੰਦ ਕਰਨੀ ਪਵੇ, ਉਹ ਕੀਤੀ ਤੁਸੀਂ? ਦੇਖੋ ਜੀ, ਬਿਲਕੁਲ ਨੋਰਮਲ ਘਰ ਚੋਇਸ ਸੀ ਮੈਂ, ਜਿੱਥੇ ਕੋਈ ਪੋਲੀਟੀਕਲ ਬੈਕਗਰਾਊਂਡ ਨਹੀਂ ਸੀ। ਅਰਵਿੰਦ ਕੇਜਰੀਵਾਲ ਜੀ ਦਾ ਜਦੋਂ ਕਾਫਲਾ ਪੰਜਾਬ ਬਚਾਉਣ ਲਈ, ਭਾਰਤ ਬਚਾਉਣ ਲਈ ਅੱਗੇ ਵਧਣ ਲੱਗਿਆ ਅਤੇ ਉਸ ਕਾਫਲੇ ਦਾ ਇੱਕ ਪਾਰਟ ਮੈਂ ਵੀ ਬਣੀ, ਜਿਸ ਦੇ ਵਿੱਚ ਉਹਨਾਂ ਨੇ ਮੇਰੇ 'ਤੇ ਵਿਸ਼ਵਾਸ ਜਤਾਇਆ ਅਤੇ ਮੈਨੂੰ ਬਹੁਤ ਹੀ ਐਸੀ ਪਦਵੀ 'ਤੇ ਬਿਠਾਇਆ, MLA ਦਿੱਤੀ, ਟਿਕਟ ਦਿੱਤੀ। ਟਿਕਟ ਤੋਂ ਬਾਅਦ ਸਫ਼ਰ ਹੋਇਆ ਲੋਕਾਂ ਦੇ ਸਾਥ ਦਾ ਅਤੇ ਮੈਂ ਬਹੁਤ ਹੀ ਤਹਿ ਦਿਲੋਂ ਧੰਨਵਾਦੀ ਹਾਂ ਜਗਰਾਉਂ ਦੇ ਸਾਰੇ ਲੋਕਾਂ ਦਾ, ਵੋਟਰਸ ਦਾ, ਸਪੋਰਟਰਸ ਦਾ, ਜਿਨ੍ਹਾਂ ਨੇ ਬਿਲਕੁਲ ਇੱਕ ਅਣਜਾਣ ਜਿਹੀ ਲੜਕੀ 'ਤੇ ਵਿਸ਼ਵਾਸ ਜਤਾ ਕੇ ਐਡੀ ਵੱਡੀ ਰੀੜ ਨਾਲ, 26,000 ਦੀ ਰੀੜ ਨਾਲ ਜਿੱਤ ਝੋਲੀ 'ਚ ਪਾਈ ਅਤੇ ਕੌਨਫੀਡੈਂਸ ਹੋਰ ਵਧਿਆ। ਬੇਸ਼ੱਕ ਸਰਕਾਰ ਨਹੀਂ ਬਣੀ, ਪਹਿਲੀ ਵਾਰ ਸੀ ਵਿਧਾਨ ਸਭਾ ਦੀਆਂ ਪੌੜੀਆਂ ਪਹਿਲਾਂ ਚੜ੍ਹੇ, ਪਹਿਲੀ ਵਾਰ ਚੜ੍ਹੇ ਅਤੇ ਪਹਿਲਾਂ ਕਦੇ ਵਿਧਾਨ ਸਭਾ ਦੇਖੀ ਵੀ ਨਹੀਂ ਸੀ, ਕਿਤਾਬਾਂ 'ਚ ਪੜ੍ਹੀ ਸੀ। ਇਹ ਸਿਰਫ ਅਤੇ ਸਿਰਫ ਅਰਵਿੰਦ ਕੇਜਰੀਵਾਲ ਦੀ ਸੋਚ ਸੀ ਅਤੇ ਭਗਵੰਤ ਮਾਨ ਜੀ ਦੀ ਅਗਵਾਈ ਸੀ ਕਿ ਜਦੋਂ ਆਮ ਘਰਾਂ ਦੇ ਧੀਆਂ ਪੁੱਤ ਵਿਧਾਨ ਸਭਾ ਦੀਆਂ ਕੁਰਸੀਆਂ 'ਤੇ ਬੈਠਣਗੇ ਤਾਂ ਉਹ ਸ਼ਾਇਦ ਆਮ ਘਰ ਦੇ ਬੱਚਿਆਂ ਦੀ ਗੱਲ ਕਰਨਗੇ, ਆਮ ਲੋਕਾਂ ਦੀ ਗੱਲ ਕਰਨਗੇ। ਹੁਣ ਗੱਲ ਚੱਲੀ ਵੀ ਲੋਕਾਂ ਨੇ ਬੜੀ ਵੱਡੀ ਰੀੜ ਨਾਲ, 26,000 ਦੀ ਰੀੜ ਨਾਲ ਜਿਤਾਇਆ, ਵਿਸ਼ਵਾਸ ਜਿਤਾਇਆ। ਬਿਲਕੁਲ ਜਿੱਤਣ ਤੋਂ ਬਾਅਦ ਸਾਰੇ ਆਪਣੇ, ਸਰਕਾਰ ਨਹੀਂ ਬਣੀ, ਆਪਣੇ ਆਪਣੇ ਕੰਮਾਂ 'ਚ ਲੋਕ ਬਿਜ਼ੀ ਹੋ ਗਏ, ਫਿਰ ਜਨੂੰਨ ਸੀ ਅਤੇ ਹੁਣ ਜਿਹੜੀ ਕੁਰਸੀ ਮਿਲੀ ਆ ਉਹਨਾਂ ਨਾਲ ਜਸਟੀਫਾਈ ਕਰਨਾ ਅਤੇ ਉਹਦੇ ਲਈ ਜਸਟੀਫਾਈ ਕਰਨਾ। ਹੁਣ ਫਿਰ ਸ਼ੁਰੂ ਹੋਇਆ ਲੋਕਾਂ ਦੇ ਕੰਮ, ਦੇਖਿਆ ਵੀ ਜਦੋਂ ਸਰਕਾਰ ਨਾ ਹੋ ਪਈ ਉਦੋਂ ਜਿਹੜੀ ਅਫਸਰਸ਼ਾਹੀ ਹੈ ਉਹ ਵਿਰੋਧੀ ਧਿਰ ਨੂੰ ਦਫ਼ਤਰਾਂ ਦੇ ਵਿੱਚ ਪਸੰਦ ਨਹੀਂ ਕਰਦੀ। ਜਿਹੜੇ ਲੋਕਲ ਲੋਕਾਂ ਦੇ ਕੰਮ ਸੀ, ਥਾਣੇ ਕਚਹਿਰੀਆਂ ਦੇ, ਪਹਿਲਾਂ ਪ੍ਰਣ ਕਰਕੇ ਆਈ ਸੀ ਵੀ ਕਿਸੇ ਤਰ੍ਹਾਂ ਦਾ ਕੋਈ ਗਲਤ ਅਤੇ ਝੂਠਾ ਪਰਚਾ ਕਿਸੇ 'ਤੇ ਨਹੀਂ ਹੁੰਦਾ, ਕਿਸੇ ਤਰ੍ਹਾਂ ਦੇ ਗਲਤ ਨੂੰ ਆਪਣੇ ਨਿੱਜੀ ਹੱਥਾਂ ਨੇ ਸਪੋਰਟ ਨਹੀਂ ਕਰਨਾ, ਕਿਸੇ ਵੀ ਤਰ੍ਹਾਂ ਦੇ ਕੋਈ ਨਜਾਇਜ਼ ਕੰਮ ਨੂੰ ਜਿਹੜਾ ਸਿਸਟਮ ਦੇ ਵਿੱਚ ਮੇਰੇ ਬੱਚਿਆਂ ਲਈ ਸੈੱਟ ਨਹੀਂ ਹੈ, ਜੋ ਸਿਸਟਮ ਦੇ ਵਿੱਚ ਮੈਨੂੰ ਆਪਣੇ ਧੀਆਂ ਪੁੱਤਾਂ ਲਈ, ਮੈਨੂੰ ਆਪਣੇ ਪਰਿਵਾਰ ਲਈ ਚੰਗਾ ਨਹੀਂ ਹੈ, ਉਹ ਕਿਸੇ ਦੇ ਦੂਸਰੇ ਬੱਚੇ ਨੂੰ ਸਲਾਹ ਨਹੀਂ ਦੇਣੀ। ਜਨੂੰਨ ਇਹੀ ਸੀ, ਫਿਰ ਕਲਮ ਚੱਕ ਲਈ, ਕਲਮ ਚੱਕ ਕੇ ਚਿੱਠੀਆਂ ਲਿਖਣੀਆਂ ਸ਼ੁਰੂ ਕੀਤੀਆਂ ਹਰ ਡਿਪਾਰਟਮੈਂਟ ਨੂੰ, ਮੇਰੀ ਜਗਰਾਉਂ ਚਾਹਾਂ, ਮੇਰੀ ਜਗਰਾਉਂ ਚਾਹਾਂ, ਹਰ ਵਿਧਾਨ ਸਭਾ ਦੇ ਵਿੱਚ ਜਗਰਾਉਂ ਨੂੰ ਠੋਕ ਕੇ ਰੀਪ੍ਰਜੈਂਟ ਕੀਤਾ, ਬੁਲੰਦ ਆਵਾਜ਼ ਨਾਲ, ਨਾ ਧੜਕ ਆਵਾਜ਼ ਨਾਲ। ਉਹਦਾ ਅਸਰ ਵੀ ਦਿਸਿਆ, ਜਿਹੜੇ ਪਹਿਲੇ 6 ਮਹੀਨੇ ਅਸੀਂ ਗੁੰਮ ਹੀ ਹੋ ਚੱਲੇ ਸੀ ਉਹਦੇ 'ਚ ਅਫਸਰਸ਼ਾਹੀ ਨੂੰ ਕੰਨ ਹੋ ਗਏ ਵੀ ਹੁਣ ਇਹ ਸਾਨੂੰ ਖਿੱਚੇਗੀ, ਸਾਨੂੰ ਪੁੱਛੇਗੀ, ਸਾਨੂੰ ਜਵਾਬ ਦੇਣਾ ਪੈਣਾ। ਇਹ ਆਮ ਘਰਾਂ ਦੇ ਹੋਂ ਹੈਗੀ ਹੈ ਪਰ ਇਹਨਾਂ ਨੂੰ ਪੜ੍ਹੇ ਲਿਖੇ ਹੋਣ ਕਰਕੇ, ਮੇਰੀ ਕੁਆਲੀਫਿਕੇਸ਼ਨ ਐਮਕੌਮ ਇਕਨੋਮਿਕਸ, ਇਹਨਾਂ ਨੂੰ ਪਤਾ ਵੀ ਬਜਟ ਕੀ ਚੀਜ਼ ਹੈ ਅਤੇ ਬਜਟ ਦੇ ਵਿੱਚ ਐਸਟੀਮੇਟਸ ਕੀ ਚੀਜ਼ ਹੈ ਅਤੇ ਐਕਚੁਅਲ ਫੰਡਿੰਗ ਕੀ ਚੀਜ਼ ਹੈ। ਉੱਥੇ ਫਿਰ
ਮੁੱਦਿਆਂ ਦੀ ਗੱਲ ਸ਼ੁਰੂ ਹੋ ਗਈ, ਲੜਾਈ ਹੋ ਗਈ, ਵੀ ਹੁਣ ਆਪਣੇ ਲੋਕਾਂ ਲਈ ਲੈ ਕੇ ਵੀ ਬਹੁਤ ਕੁਛ ਹੋਣਾ, ਨਹੀਂ ਸਰਕਾਰ ਤਾਂ ਕੀ ਆ, ਬੜੀਆਂ ਅਲੱਗ ਅਲੱਗ ਤਰ੍ਹਾਂ ਦੀਆਂ ਗ੍ਰਾਂਟਸ ਸਨ ਲੈਣ ਲੱਗ ਗਏ ਅਸੀਂ, ਅਸੀਂ ਫਿਰ ਕੰਮ ਸ਼ੁਰੂ ਕੀਤੇ ਲੋਕਾਂ ਨੇ ਕਿਸੇ ਤਰ੍ਹਾਂ ਦਾ ਵੀ। ਅੱਜ ਮੈਂ ਦਫ਼ਤਰ 'ਚ ਤੁਸੀਂ ਬੈਠੇ ਦੇਖ ਰਹੇ ਹੋ, ਲੋਕਾਂ ਦੇ ਵਿੱਚ ਵਿਚਰਨਾ ਹੋ ਜਾਵੇ, ਕਿਸੇ ਦੇ ਦੁੱਖ ਸੁੱਖ ਦੇ ਵਿੱਚ ਸ਼ਾਮਿਲ ਹੋ ਜਾਵੇ ਹੋਣਾ ਹੋ ਜਾਵੇ, ਜਾਂ ਅਸੀਂ ਜਗਰਾਉਣ ਦੇ ਵਿੱਚ ਹੈਲਪਲਾਈਨ ਨੰਬਰ ਜਾਰੀ ਕੀਤਾ ਹੋਇਆ ਉਹਦੇ 'ਤੇ ਹੈਲਪ ਹੋ ਜਾਵੇ। ਲੋਕ ਕਰੋਨਾ ਦੇ ਵਿੱਚ ਮੈਨੂੰ ਮਾਣ ਹੈ ਇਸ ਗੱਲ ਦਾ, ਮਾਣ ਮਹਿਸੂਸ ਹੁੰਦਾ ਹੁੰਦਾ, ਪਹਿਲੇ ਸਾਲ ਮੈਨੂੰ ਜ਼ੀ ਪੰਜਾਬ ਨੇ ਬੈਸਟ ਪੋਲੀਟੀਸ਼ੀਅਨ ਆਫ ਦਾ ਈਅਰ ਅਵਾਰਡ ਦਿੱਤਾ, ਵਿਮੈਨ ਪੋਲੀਟੀਸ਼ੀਅਨ, ਉਹਦੇ ਲਈ ਥੈਂਕਸ। ਦੂਸਰੇ ਸਾਲ ਮੈਨੂੰ ਲੋਕਡਾਊਨ ਦੇ ਵਿੱਚ ਜਦੋਂ ਦੂਸਰਾ ਤੀਸਰਾ ਸਾਲ ਨਿਕਲਿਆ, ਹਰ ਸਾਲ ਮੈਨੂੰ ਮਤਲਬ ਅਵਾਰਡ ਮਿਲਿਆ ਇਸ ਤਰ੍ਹਾਂ ਕਿਸੇ ਨਾ ਕਿਸੇ ਇੰਸਟੀਟਿਊਸ਼ਨ ਨੂੰ। ਤੀਸਰੇ ਸਾਲ ਲੋਕਡਾਊਨ ਦੇ ਵਿੱਚ ਮੈਨੂੰ ਆਲ ਇੰਡੀਆ ਹਿਊਮਨ ਰਾਈਟਸ ਨੇ ਬੈਸਟ ਪੋਲੀਟੀਸ਼ੀਅਨ ਕਰੋਨਾ ਵਾਇਰਸ ਇਨ ਪੰਜਾਬ ਦਾ ਅਵਾਰਡ ਦਿੱਤਾ। 6-7 ਅਵਾਰਡਸ ਤੋਂ ਬਾਅਦ ਹੋਰ ਹੌਸਲਾ ਵੱਧ ਗਿਆ ਕੰਮ ਕਰਨ ਦਾ, ਫਿਰ ਸ਼ੁਰੂ ਹੋਏ ਜਗਰਾਉਣ ਦੇ ਕੰਮ। ਸਭ ਤੋਂ ਪਹਿਲਾਂ ਮੇਰੇ ਦਿਮਾਗ ਦੇ ਵਿੱਚ ਇੱਕੋ ਹੀ ਗੱਲ ਹੁੰਦੀ ਸੀ, ਆਉਂਦੀ ਸੀ, ਬਈ ਮੇਰੀ ਜਗਰਾਉਣ ਦੇ ਵਿੱਚ ਬਲੱਡ ਬੈਂਕ ਹੈ, ਕਿਉਂਕਿ ਜਗਰਾਉਣ ਦੇ ਵਿੱਚ ਜਦੋਂ ਕੋਈ ਨੋਰਮਲ ਐਕਸੀਡੈਂਟ ਵੀ ਹੁੰਦਾ ਨਾ, ਉਹਨੂੰ ਨੋਰਮਲ ਐਕਸੀਡੈਂਟ ਨੂੰ ਵੀ ਪੇਸ਼ੈਂਟ ਪਿਆ ਹੁੰਦਾ ਸੀ ਇੱਥੇ, ਬਲੱਡ ਲੈਣ ਲਈ ਜਾਣਾ ਪੈਂਦਾ ਸੀ ਮੋਗੇ ਬਰਨਾਲੇ ਜਾਂ ਲੁਧਿਆਣੇ। 50-25-30 ਮਿੰਟ ਦਾ ਜਰਨੀ ਹੈ ਦੋਨਾਂ ਪਾਸੇ, ਅਤੇ ਜਿਹੜਾ ਪੇਸ਼ੈਂਟ ਬਚਣਾ ਚਾਹੁੰਦਾ ਸੀ, ਬਚ ਸਕਦਾ ਸੀ, ਉਹ ਸਾਡੇ ਸਿਸਟਮ ਦੀ ਨਾਕਾਮੀ ਦੇ ਨਾਲ ਕੀ ਕਰਕੇ ਬਚਿਆ। ਬੜੀ ਜੱਦੋਜਹਿਦ ਕੀਤੀ, ਬ੍ਰਹਮਿੰਦਰਾ ਜੀ ਸੀ ਉਦੋਂ ਹੈਲਥ ਮਿਨਿਸਟਰ, ਅਤੇ ਉਹਨਾਂ ਤੋਂ ਬਲੱਡ ਬੈਂਕ ਲੈ ਕੇ ਆਉਂਦਾ, ਲਿਆ ਕੇ ਬਲੱਡ ਬੈਂਕ ਲਿਆਉਣਾ, 35 ਯੂਨਿਟਸ ਦੀ ਕੁਆਲਿਟੀ ਕੁਆਂਟਿਟੀ ਹੁੰਦੀ ਆ ਉੱਥੇ, ਅਤੇ 70 ਯੂਨਿਟ ਉੱਥੇ ਅਵੇਲੇਬਲ, ਲੋਕਾਂ ਨੂੰ ਕਿਹਾ ਵੀ ਬਲੱਡ ਤੋਂ ਮੋਟੀਵੇਟ ਕੀਤਾ। ਠੀਕ ਹੈ ਜੀ, ਵੀ ਉਸ ਬਲੱਡ ਬੈਂਕ ਦੇ ਵਿੱਚ ਸਟਾਫ ਦੀ ਘਾਟ ਹੈ, ਪਰ ਕਰੋਨਾ ਦੇ ਵਿੱਚ ਵੀ ਉਸ ਬਲੱਡ ਬੈਂਕ ਨੇ ਅੱਛਾ ਕੰਮ ਕੀਤਾ। ਉਸ ਤੋਂ ਬਾਅਦ ਫਿਰ ਸ਼ੁਰੂ ਹੋ ਗਈ ਬਈ ਹੁਣ ਲੋਕਾਂ ਲਈ ਆਈਡੀਆ ਮਿਲ ਗਿਆ ਵੀ ਵਿਧਾਨ ਸਭਾ ਦੇ ਵਿੱਚ ਬੋਲਣ ਨਾਲ ਕੰਮ ਵੀ ਹੋਣਗੇ ਅਤੇ ਲੋਕਾਂ ਦੀ ਮਦਦ ਵੀ ਹੋਈ। ਇਸ ਤਰ੍ਹਾਂ ਦੇ ਅਲੱਗ ਅਲੱਗ ਕੰਮ, ਜਿਸ ਤਰ੍ਹਾਂ ਪਿੰਡਾਂ ਦੀਆਂ ਸੜਕਾਂ ਬਣਵਾਉਣੀਆਂ, ਇਹ ਤਾਂ ਮੇਰਾ ਤੁਸੀਂ ਯਾਦ ਹੋਏਗਾ, ਤੁਸੀਂ ਮਾਣਕਿਆਂ ਨੂੰ ਜਾਂਦੇ ਆਉਂਦੇ ਰਹੇ ਹਾਂ, ਜਦੋਂ ਮੈਂ ਸਭ ਤੋਂ ਪਹਿਲਾਂ ਪਿੰਚਲ ਟੂ ਜਗਰਾਓ ਰੋਡ ਦਾ ਬੀੜਾ ਚੱਕਿਆ, ਮੈਨੂੰ ਬਜ਼ੁਰਗਾਂ ਨੇ ਕਿਹਾ, ਇੱਥੇ ਬੜੀਆਂ ਸੜਕਾਂ ਜਿਹੜੀਆਂ ਮੈਂ ਗਿਣਾ ਸਕਦੀ ਹਾਂ, ਵੀ ਪੁੱਤਰ ਇਹ ਸੜਕ ਤਾਂ ਅਸੀਂ ਕਦੇ ਜਵਾਨੀ 'ਚ ਬੜੀ ਨਹੀਂ ਦੇਖੀ, ਜਦ ਤੇ ਜੰਮੇ ਆ ਅਤੇ ਟੋਏ ਟਿੱਬੇ ਹੁੰਦੇ ਆ, ਅਤੇ ਮੈਂ ਕਹਿੰਦੀ ਸੀ ਵੀ ਮੈਂ ਬਣਵਾਉਂਗੀ, ਮੇਰਾ ਹੀ ਤੁਹਾਡੇ ਨਾਲ ਵਾਅਦਾ। 2 ਵਾਰੀ ਭੁੱਖ ਹੜਤਾਲ 'ਤੇ ਬੈਠ ਕੇ ਧਰਨਾ ਲਗਾ ਕੇ ਉਹ ਸੜਕ ਬਣਾ ਲਈ, 9 ਵਾਰੀ ਕਿ ਨੀਂਹ ਪੱਥਰ ਕੌਣ ਰੱਖਦਾ, ਨੀਂਹ ਪੱਥਰ ਇਹਨਾਂ ਨੇ ਆਪਣਾ, ਲੋਕਾਂ ਨੂੰ ਸਭ ਪਤਾ ਵੀ ਕੰਮ ਕੌਣ ਕਰ ਰਿਹਾ, ਨੀਂਹ ਪੱਥਰ ਕੌਣ ਰੱਖ ਰਿਹਾ, ਕਿਉਂਕਿ ਮੇਰੇ ਕੋਲ ਇੱਕ ਇੱਕ ਚੀਜ਼ ਦਾ ਸਬੂਤ ਹੈ ਕਿ ਮੈਂ ਇਸ ਮੂਮੈਂਟ 'ਤੇ ਇਸ ਟਾਈਮ 'ਤੇ ਆਹ ਚਿੱਠੀ ਮੰਤਰੀ ਨੂੰ ਦਿੱਤੀ, ਇਸ ਮੂਮੈਂਟ 'ਤੇ ਇਸ ਟਾਈਮ 'ਤੇ ਮੰਤਰੀ ਨੇ ਮੈਨੂੰ ਆਹ ਜਵਾਬ ਦਿੱਤਾ, ਇੰਨੇ ਦਿਨ ਨੂੰ ਉਦਘਾਟਨ ਹੋਣਾ ਸੀ ਉਹ ਵੀ ਮੈਨੂੰ ਪਤਾ। ਠੀਕ ਹੈ, ਇਹਨਾਂ ਨੂੰ ਲੱਗਦਾ ਵੀ ਜੇ ਵਿਰੋਧੀਆਂ ਨੂੰ ਚਮਕਾਤਾ, ਇਹੋ ਜਿਹੇ ਨਵਿਆਂ ਨੂੰ ਚਮਕਾਤਾ, ਇਹ ਤਾਂ ਸਾਡੇ 'ਤੇ ਪੱਖੜਾ ਬਣ ਕੇ ਚੁੰਮਣਗੇ, ਪਰ ਆਮ ਆਦਮੀ ਪਾਰਟੀ ਰਾਜਨੀਤੀ ਦੀਆਂ ਨਵੀਆਂ ਪੈੜਾਂ ਪਾਉਣ ਆਈ ਹੈ ਅਤੇ ਪਾ ਕੇ ਰਹੇਗੀ। ਇਹ ਤਾਂ ਅਸੀਂ ਮੇਰੇ ਮੈਂ 2-3 ਕੰਮ ਤਾਂ ਤੁਹਾਨੂੰ ਮੈਂ ਕਰਾਏ ਆ, ਉਸ ਤੋਂ ਬਾਅਦ ਸਟੇਡੀਅਮ ਬਣਾਉਣਾ ਖੇਲੋ ਇੰਡੀਆ ਦੇ ਤਹਿਤ। ਪਹਿਲਾਂ ਮੈਂ ਆਪਣੇ ਰਾਣਾ ਸੋਢੀ ਜੀ ਕੋਲ ਗਈ, ਰਾਣਾ ਸੋਢੀ ਜੀ ਨੂੰ ਕਿਹਾ ਵੀ ਸਟੇਡੀਅਮ ਬਣਾਓ, ਕਹਿੰਦੇ ਜੀ ਪੰਜਾਬ ਸਰਕਾਰ ਕੋਲ ਗ੍ਰਾਂਟ ਹੈ ਨਹੀਂ। ਮੈਂ ਕੇਂਦਰ 'ਚ ਕਿਰਨ ਰਿਜੀਜ਼ੂ ਨੂੰ ਮਿਲਣ ਚਲੀ ਗਈ, ਉਹ ਖੇਡ ਮੰਤਰੀ ਸੀ ਸਾਡੇ, ਕੇਂਦਰੀ ਖੇਡ ਮੰਤਰੀ, ਉਹਨਾਂ ਨੇ 3 ਖੇਲੋ ਇੰਡੀਆ ਦੇ 3 ਸਟੇਡੀਅਮ ਦਿੱਤੇ, ਬਣਿਆ ਕਿਉਂ ਨਹੀਂ। ਦਿੱਲੀ ਇੱਛਾ ਬਈ ਐਟਲੀਸਟ ਵਿੱਚ ਗਰਾਊਂਡ 3 ਬਲਾਕਾਂ 'ਚ ਵੰਡਿਆ ਜਾਂਦਾ, 3 ਬਲਾਕਾਂ ਦੇ ਵਿੱਚ ਡਿਜ਼ਰਵ ਕਰਦੇ ਆ ਸਾਡੇ ਲੋਕ 3 ਵਧੀਆ ਬੈਸਟ ਸਟੇਡੀਅਮ ਹੋਣ, ਜਿੱਥੇ ਸਾਡੇ ਬੱਚੇ ਆ ਕੇ ਖੇਡ ਸਕਣ। ਸਾਡੇ ਬੱਚੇ ਅੱਜ ਕੱਲ੍ਹ ਕੰਪਿਊਟਰ ਯੁੱਗ ਦੇ ਵਿੱਚ ਅੰਦਰ ਵਰਤੇ ਜਾ ਰਹੇ ਆ। ਹੁਣ ਗੱਲ ਇਹ ਹੈ ਬਈ ਸਟੇਡੀਅਮ ਤਾਂ ਪਾਸ ਹੋ ਗਈ, ਜਗ੍ਹਾ ਕਿਹਨੇ ਦੇਣੀ ਸੀ, ਇੱਥੇ ਹੋ ਗਈ ਸ਼ੁਰੂ, ਮੈਡਮ ਨੂੰ ਜਗ੍ਹਾ ਨਾ ਦੇ ਬੈਠੇ ਹੁੰਦੇ। ਫਿਰ ITI ਸਿੱਧਵਾਂ ਬੇਟ ਦੇ ਬੱਚੇ ਜਿਹੜੇ ਆ ਸਾਡੇ ਉੱਤਰਲਾ ਏਰੀਆ, ਥੋੜ੍ਹਾ ਬੈਕਵਰਡ ਸਰਕਾਰਾਂ ਦਾ ਦਿੱਤਾ ਹੋਇਆ, ਕਿਉਂਕਿ ਕਿਸੇ ਟਾਈਮ ਉਹ ਲੋਕਾਂ ਦੀ ਰੋਜ਼ੀ ਰੋਟੀ ਰੇਤਾ ਵੇਚ ਕੇ ਕਰਦੇ ਸੀ, ਰੇਤਾ ਨੋਟ ਇਨ ਦੈਟ ਵੇ, ਮਾਫੀਆ ਨਹੀਂ ਸੀ, ਉਹ
ਲੋਕ ਟਰਾਲੀ ਲੈ ਜਾਂਦੇ ਸੀ ਆਪਣੇ ਨੋਰਮਲ ਲੈਵਲ 'ਤੇ ਉਹ 600-700 ਦੀ ਟਰਾਲੀ ਭਰ ਦਿੰਦੇ ਸੀ ਜਿਹੜੇ ਉਹਨਾਂ ਨਾਲ ਇਮਾਨਦਾਰੀ ਨਾਲ ਉਹਨਾਂ ਦੀ ਰੋਟੀ ਗੁਜ਼ਰ ਸੀ ਸਰਕਾਰਾਂ ਨੇ ਰੇਤ ਮਾਫੀਆ ਚਲਾਉਣ ਦੇ ਲਈ ਉਹਨਾਂ ਦੇ ਹੱਥ ਦੇ ਵਿੱਚ ਡਰੱਗ ਫੜਾ ਦਿੱਤੀ ਸੱਦਾ ਇੱਥੇ ਜਿਹਦੇ ਵਿੱਚ ਉਹ ਵਿਚਾਰੇ ਅੱਜ ਉਸ ਚੀਜ਼ 'ਤੇ ਡਿਪੈਂਡੈਂਟ ਹੋ ਗਏ ਅਤੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਵੀ ਸਾਡੇ ਤੋਂ ਖੋਇਆ ਕੀ ਜਾ ਰਿਹਾ ਭੋਲੇ ਲੋਕ ਆ ਨਾ ਉੱਥੇ ਬੱਸ ਆ ਨਾ ਚੱਜਣਾ ਸਕੂਲ ਆ ਨਾ ਦਵਾਈ ਆ ਨਾ ਪੜ੍ਹਾਈ ਹੈ ਅਤੇ ਉੱਥੇ ਉੱਥੇ ਵਾਸਤੇ ਮੇਰੀ ਕੋਸ਼ਿਸ਼ ਸੀ ਵੀ ਉਹਨਾਂ ਨੂੰ ਪੜ੍ਹਨ ਦੇ ਲਈ ਕੁਛ ਨਾ ਕੁਛ ਦਵਾਂ ਜਦੋਂ ਇੰਡੀਆ ਦੇ ਬੱਚੇ ਪੜ੍ਹਨ ਲੱਗ ਗਏ ਪੰਜਾਬ ਦੇ ਬੱਚੇ ਐਜੂਕੇਟ ਹੋ ਗਏ ਹੱਕ ਤਾਂ ਉਹਨਾਂ ਨੇ ਆਪੇ ਹੀ ਲੈ ਲੈਣੇ ਆਈ ਟੀ ਆਈ ਸਿੱਧਵਾਂ ਬੇਟੀ ਪਾਸ ਹੋ ਗਈ ਪਾਸ ਹੋਣ ਤੋਂ ਬਾਅਦ ਸਿੱਧਵਾਂ ਬੇਟੇ ਏਰੀਆ ਵੀ ਕੁਛ ਏਰੀਆ ਮੇਰੇ 'ਚ ਪੈਂਦਾ ਕੁਛ ਦਾਖੇ 'ਚ ਪੈਂਦਾ ਆਈ ਟੀ ਆਈ ਪਾਸ ਹੋਣ ਤੋਂ ਬਾਅਦ ਹੁਣ ਸਿਸਟਮ ਸ਼ੁਰੂ ਹੋ ਗਿਆ ਵੀ ਆਈ ਟੀ ਆਈ ਦੀ ਖਿੱਚ ਤੋਂ ਸ਼ੁਰੂ ਹੋ ਗਈ ਵੀ ਇੱਧਰ ਨਹੀਂ ਤਾਂ ਉੱਧਰ ਬਣਾ ਲੈਂਦੇ ਹਾਂ ਉੱਧਰ ਨਹੀਂ ਤਾਂ ਇੱਧਰ ਬਣਾ ਲੈਂਦੇ ਹਾਂ ਹੁਣ ਜਿਹੜੀ ਗੱਲ ਆ ਗਈ ਆਈ ਟੀ ਆਈ ਦੀ ਦੇਖੋ ਜਗ੍ਹਾ ਦੇਣੀ ਆ ਸਰਕਾਰ ਦੇ ਨੁਮਾਇੰਦਿਆਂ ਨੇ ਅਫਸਰ ਸ਼ਾਹੀ ਨੇ ਬਾਬੂ ਸ਼ਾਹੀ ਨੇ ਉਹ ਅੱਜ ਵੀ ਜਗ੍ਹਾ ਤੋਂ ਬਿਨਾਂ ਉੱਥੇ ਹੀ ਪਈ ਆ ਲਾਈਬ੍ਰੇਰੀ ਪਾਸ ਕਰਵਾਈ ਮਾਈ ਮਾਤਾ ਸੁਮਿਤਰਾ ਬਾਈ ਫੁੱਲੇ ਸੁਮਿਤਰੀ ਬਾਈ ਫੁੱਲੇ ਜੀ ਦੇ ਨਾਂ 'ਤੇ ਲਾਈਬ੍ਰੇਰੀ ਪਾਸ ਕਰਵਾਈ ਉਹ ਮੁੱਖ ਮੰਤਰੀ ਵੱਲੋਂ ਚਿੱਠੀ ਆ ਗਈ ਡੀ ਸੀ ਦਫ਼ਤਰ ਚਿੱਠੀ ਪਈ ਆ ਪਰ ਅਫਸਰ ਸ਼ਾਹੀ ਕੋਲ ਲੋਕਾਂ ਦੇ ਹਿੱਤਾਂ ਲਈ ਕੰਮ ਕਰਨ ਦਾ ਟਾਈਮ ਹੀ ਹੈ ਅੱਜ ਇੱਥੋਂ ਐਸ ਡੀ ਐਮ ਤੋਂ ਵੀ ਚਿੱਠੀ ਜਾ ਚੁੱਕੀ ਹੈ ਅਸੀਂ ਕਿਹੜੇ ਮਾਰ ਰਹੇ ਹਾਂ ਸਭ ਤੋਂ ਮੰਦਭਾਗੀ ਗੱਲ ਇਹ ਹੋਈ ਕਿ ਜਗਰਾਓ ਦੇ ਲੋਕਾਂ ਦਾ ਦੁੱਖ ਦੀ ਰੱਖ ਬਈ ਲਾਲਾ ਲਾਜਪਤ ਰਾਏ ਜੀ ਜਗਰਾਓ ਦੇ ਜੰਮਪਲ ਸੀ ਉਸ ਪੁਰਾਣੇ ਸਮੇਂ ਦੇ ਵਿੱਚ ਲੇਡੀਜ਼ ਅਕਸਰ ਡਿਲੀਵਰੀ ਦੇ ਲਈ ਪੇਕੇ ਜਾਂਦੀਆਂ ਸੀ ਉਹਨਾਂ ਦੇ ਪੇਕੇ ਸੀਗੇ ਟੁੱਟੀ ਗਏ ਲਾਲਾ ਜੀ ਦਾ ਬਰਥ ਉੱਥੇ ਹੋ ਗਿਆ ਹੁਣ ਪੇਕੇ ਜਾ ਕੇ ਪੁੱਤ ਨੇ ਆਪਦੇ ਨਾਨਕੇ ਦਾਦਕੇ ਦਾ ਵਾਪਸ ਆਉਣਾ ਹੀ ਦਾਦਕੇ ਦਾ ਵਾਪਸ ਆਉਣਾ ਹੀ ਲਾਲਾ ਜੀ ਦਾ ਜੱਦੀ ਘਰ ਇੱਥੇ ਆ ਸਮਾਨ ਇੱਥੇ ਪਿਆ ਪਰ ਲਾਲਾ ਜੀ ਦੇ ਘਰ ਨੂੰ ਜਿਸ ਦਿਨ ਉਹਨਾਂ ਦੀ ਬਰਸੀ ਹੁੰਦੀ ਹੈ ਜਾਂ ਜਨਮ ਦਿਨ ਹੁੰਦਾ ਉੱਦਾਂ ਹੀ ਨਗਰ ਕੌਂਸਲ ਧੋਕੀ ਹੁੰਦੀ ਹੈ ਨਹੀਂ ਉੱਥੇ ਮਣ ਮਣ ਬੈਠ ਪਈ ਹੁੰਦੀ ਹੈ ਉਹਨਾਂ ਦੀਆਂ ਹੱਥ ਲਿਖਤੀ ਦੀਆਂ ਕਿਤਾਬਾਂ ਪਈਆਂ ਸਭ ਕੁਛ ਪਿਆ ਮਾਣ ਮਹਿਸੂਸ ਹੁੰਦਾ ਅਤੇ ਦੁੱਖ ਮਹਿਸੂਸ ਹੁੰਦਾ ਇਸ ਗੱਲ ਦਾ ਵੀ ਐਡੇ ਸਾਡੇ ਆਜ਼ਾਦੀ ਘੁਲਾਟ ਗਏ ਸੰਘਰਸ਼ੀ ਯੋਧੇ ਜਗਰਾਓ ਦੇ ਹੋਣ ਪਰ ਲੀਡਰ ਇੱਥੇ ਲੱਖ ਰਹੇ ਆ ਸਾਡੇ ਲਾਲਾ ਜੀ ਵੀ ਅੱਖੋਂ ਭੁੱਖ ਗਏ ਵਿਧਾਨ ਸਭਾ ਦੇ ਵਿੱਚ 1 ਕਰੋੜ ਰੁਪਏ ਦੀ ਗ੍ਰਾਂਟ ਲਿਆਂਦੀ ਬੋਲ ਕੇ ਲੜ ਕੇ ਅੱਜ ਵੀ ਉਹ ਗ੍ਰਾਂਟ 3 ਸਾਲਾਂ ਦੇ ਬਾਅਦ ਵੀ ਉਹ ਗ੍ਰਾਂਟ ਡੀ ਸੀ ਦਫ਼ਤਰ ਪਈ ਹੈ ਘਰ ਡਿੱਗਣ ਵਾਲਾ ਹੋਇਆ ਪਿਆ ਉਹ ਕਹਿੰਦੇ ਸਾਨੂੰ ਸਮਝ ਨਹੀਂ ਆਉਂਦੀ ਇਹ ਗ੍ਰਾਂਟ ਆਰਕੋਲੋਜੀ ਡਿਪਾਰਟਮੈਂਟ 'ਚ ਲਾਉਣੀ ਹੈ ਮੈਂ ਕਿਹਾ ਚਲੋ ਤੁਸੀਂ ਆਰਕੋਲੋਜੀ ਡਿਪਾਰਟਮੈਂਟ 'ਚ ਨਹੀਂ ਲਾਉਣੀ ਨਾ ਲਓ ਤੁਸੀਂ ਜਗਰਾਓ 'ਚ ਇੱਕ ਡੈਫ ਐਂਡ ਡੰਬ ਸਕੂਲ ਬਣਾਓ ਬੱਚੇ ਬਣਾ ਦਿਓ ਘੱਟੋ ਘੱਟ ਕੋਈ ਬੱਚਾ ਪੜ੍ਹੇ ਗਰੀਬ ਨਹੀਂ ਵੋਟਰ ਹਰ ਚੀਜ਼ ਵੋਟਾਂ ਲਈ ਨਹੀਂ ਕੀਤੀ ਜਾਂਦੀ ਲੋਕਾਂ ਲਈ ਕੀਤੀ ਜਾਂਦੀ ਹੈ ਉਹ ਮਨੀ ਅੱਜ ਵੀ ਪਈ ਹੈ 23 ਕਰੋੜ ਰੁਪਈਆ ਲੜ ਕੇ ਸਰਕਾਰ ਨਾਲ ਵੀ ਜਗਰਾਓ ਦਾ ਕਮਲ ਚੌਂਕ ਹਰ ਵਾਰੀ ਬਾਰਿਸ਼ 'ਚ ਪਾਣੀ ਨਾਲ ਡੁੱਬ ਜਾਂਦਾ 3-3 ਫੁੱਟ ਪਾਣੀ ਖੜਾ ਹੋ ਜਾਂਦਾ ਗੱਡੀਆਂ ਵਾਲੇ ਤਾਂ ਗੱਡੀਆਂ ਲੈ ਕੇ ਨਿਕਲ ਜਾਂਦੇ ਆ ਪਰ ਜਿਹੜੇ ਆਮ ਲੋਕ ਆ ਉਹਨਾਂ ਦੀ ਰੋਜ਼ੀ ਰੋਟੀ ਬੰਦ ਹੋ ਜਾਂਦੀ ਆ ਦੁਕਾਨਾਂ ਮਾਰਕੀਟਾਂ 'ਤੇ ਬਟ ਸਰਕਾਰ ਨੇ 23 ਕਰੋੜ ਤਾਂ ਦੇਤਾ ਲੜ ਕੇ ਲਿਆਂਦਾ ਮਾੜੀ ਮੇਰੀ ਕਿਸਮਤ ਇਹ ਰਹਿ ਗਈ ਕਿ ਮੇਰੀ ਅਫਸਰ ਸ਼ਾਹੀ ਨੇ ਜਦ ਤੱਕ ਪੈਸਾ ਆਉਣਾ ਸੀ ਉਦੋਂ ਤੱਕ ਤਾਂ ਮੇਰੇ ਨਾਲ ਮੀਟਿੰਗ ਕਰਦੀ ਜਿੱਦੇ ਪੈਸਾ ਆ ਗਿਆ ਕਿੱਥੇ ਖਰਚਿਆ ਮੈਨੂੰ ਨਹੀਂ ਪਤਾ ਫਿਰ ਮੇਰੀ ਜਗਰਾਓ ਦੇ ਵਿੱਚ ਕੰਨੀਆਂ ਹੁਸੈਨੀ ਅਤੇ ਸ਼ੇਰੇਵਾਲ ਉੱਥੇ ਬਾਬਾ ਲਾਲ ਸਿੰਘ ਜੀ ਦੀ ਜਗ੍ਹਾ ਮੈਂ ਜਦੋਂ ਕੰਪੇਨ ਕਰਦੀ ਸੀ ਲੋਕਾਂ ਨੇ ਉੱਥੇ ਦਿਨ ਮੈਨੂੰ ਕਿਹਾ ਕਹਿੰਦੇ ਭੈਣ ਜੀ ਵੀ ਇਸ ਜਗ੍ਹਾ 'ਚ ਸਾਡੇ ਅਕਸਰ ਬੰਦੇ ਮਰ ਜਾਂਦੇ ਆ ਕਿਸ ਗੱਲ ਲਈ ਮਰਦੇ ਆ ਕਿਉਂਕਿ ਦਰਿਆ ਦਾ ਉੱਚ ਨੀਚ ਹੁੰਦੀ ਦਰਿਆ ਉੱਪਰ ਪਾਣੀ ਉੱਪਰ ਥੱਲੇ ਹੁੰਦਾ ਅਤੇ ਬਾਬਾ ਜੀ ਦੀ ਵਿੱਚ ਉਹਨਾਂ ਦੀ ਸ਼ਰਧਾ ਬਾਬਾ ਲਾਲ ਸਿੰਘ ਜੀ 'ਚ ਉਹਨਾਂ ਦੀ ਸ਼ਰਧਾ ਸ਼ਰਧਾ ਹੋਣ ਕਰਕੇ ਉਹ ਮੱਥਾ ਟੇਕਣ ਜਾਂਦੇ ਆ ਜੇ ਪਾਣੀ ਉੱਪਰ ਥੱਲੇ ਆ ਗਿਆ ਦਰਿਆ ਦੇ ਵਿੱਚੋਂ ਲੰਘ ਕੇ ਜਾਂਦੇ ਆ ਅਤੇ ਉਹ ਕਿੰਨੇ ਹੀ ਲੋਕ ਮਰ ਚੁੱਕੇ ਆ ਉੱਥੇ ਇਸ ਕਰਕੇ ਠੋਕ ਕੇ ਆਵਾਜ਼ ਚੱਕੀ ਅੱਜ ਉੱਥੇ ਪੁਲ ਤਿਆਰ ਅੱਜ ਉੱਥੇ ਪੁਲ ਤਿਆਰ ਇਸ ਵਾਰ ਮੈਨੂੰ ਲੋਕ ਜਾਂਦੇ ਕਹਿੰਦੇ ਸੀ ਕਹਿੰਦੇ ਇਸ ਵਾਰ ਅਸੀਂ ਬੜੇ ਖੁਸ਼ ਹੋ ਕੇ ਗਏ ਵੀ ਇਸ ਵਾਰ ਆਪਣੇ ਪਿੰਡਾਂ ਦਾ ਕੋਈ ਨਹੀਂ ਮਰੂਗਾ ਤੁਸੀਂ ਹੈਰਾਨ ਦੇ ਹੈਰਾਨੀ ਵਾਲੀ ਗੱਲ ਦੇਖੋ ਕਿੱਡੀ ਹੈ
कि अखाड़े पुल ते लगातार धरना लग रहा कादे ले भी सरकार लोगों ने मरन तो पहला ध्यान दे तुसी एक छड्डो 50 नहीं पत्थर रखो मैनू मंजूर पर मेरे काम च रोकता ना पाओ मैनू काम तो करन दो लोग मरन तो पहला असी सचेत क्यों नहीं हो सकते असी क्यों नहीं सचेत होंगे असी क्यों नहीं ये सोचते भी इस तो पहला भी कोई एक्टिविटी हो सकती है तो फिर इदा दे काम शुरू होए होर लोगों ने स्कूलों तीन स्कूलों जो इंग्लिश मीडियम की गल चली भी बना मैं आपके दो स्कूलों का नाम से सिद्धवा कला स्कूल वाले मेरे को आए कहने भैन जी हूँ इनाम भरा भी मुड़ के आपको कुछ मिलना नहीं मैं उन्होंने नाम पाया तीन करवाए इंग्लिश मीडियम स्कूल चलवाए ठीक है मैं पिंडों इन कैश ग्रांट नहीं दे सकी क्योंकि मेरा कोई अकाउंट ही है नहीं मैं सरकार ने कुछ दिता नहीं घट्टो घट मेरे ख्याल च दिल्ली के विधानसभा के सैशन के आर टी आई राही मेरे क्वेश्चन कढ़ा लो आर टी आई राही मेरी जगराओं की आवाज़ कढ़ा लो तुहानू मैक्सीमम टाइम मैं लिया जगराओं हर बारी जिला बनाने का लारा ला जाती है मैं कहा जी जिला बनाओ कहने जी कमीशन बढ़ाता मैं कहा जब तुम वोटा चाहते हो तो कमीशन नहीं होंगे उदो कि लारा लाने उदो क्यों नहीं कहने भी कमीशन बढ़ावे जो हो सकया कर देंगे नहीं ना करा फिर मेरी सब तो हैरानी वाली गल तो इस गल की होंगी है भी थोनू लाला जी के पैसे आ गए खर्चन का टाइम नहीं लाइब्रेरी बनते किनारे ते है थोड़े को खर्चन का टाइम नहीं थोनू असी आई टी आई लियाती थोड़ी पैरवाई कर टाइम नहीं लोकल अफसर शाही की गल कर रहे हैं फिर आप की रहे हैं आप की रहे हैं आप जो कहने भी देखो जी एम एल ए के एरिए सड़क टुटिया पड़कों के पैसे जो एम एल ए को आए हैं तो एम एल ए जिम्मेवार जे सड़क के पैसे सीधे थोड़े डिपार्टमेंट आए फिर सड़क किमें टुट जाए जे कूड़ा तुम जगह जगह पर डंप सुटवाया वो एम एल ए बिल्कुल जिम्मेवार नहीं वो नगर कौंसल जिम्मेवार कि कूड़े का डंप आ गया क्यों नहीं लोगों को एक सवाला माहौल दे सकते पांच साल का टन्योर एम एल ए का पांच साल का एस डी एम का पांच साल का ईओ का उन्होंने भी इंटरनल ऑडिट होकर जवाब दे ही होगी तो तुम्हें की किया होना चाहिए कि नहीं होना चाहिए ये असी दिल्ली के अच्छ पंजाब दे हर वर्ग की स्ट्राइक चल रही है फोर्थ क्लास की थर्ड क्लास की सैकेंड क्लास की फस्ट क्लास की हड़ताल नहीं है दिल्ली के ना सैकेंड क्लास दुखी है ना थर्ड क्लास दुखी है ना फोर्थ क्लास उ फस्ट क्लास दुखी है वो स्ट्राइक करती है क्यों क्योंकि वो अफसरशाही कम करने लैके आता साढ़े इतने की है कोई पुछ के अच्छी नहीं मेरी नगर कौंसल जगराओं दोलह दुकाना 58 साल तो किराया लै रही से नगर कौंसल दुकान जगराओं 16 दुकाना तो 58 साल तो किराया लै रहे से एंड मोमेंट पर आके वो कोई प्राइवेट बंदा रजिस्ट्री करा गया क्यों क्योंकि प्रॉपर्टी रजिस्टर ही है नहीं साढ़े को यह चीज़ा किने मेनटेन करनिया तो कौन रिस्पोंसीबल है इन्होंने साड़ी जगराओं के ब्लड बैंक लिया तो बाद मैं एक बहुत बड़ी गल नोट की बी जो एक लेडी एट द टाइम ऑफ प्रैगनेंसी प्रैगनेंसी तो बाद वो लेडी बेचारी डिलीवरी लैके जाता वो घर वाला पैदल ही जाती है रिक्शे पर जाती है पैसा तो होंगे नहीं जेब चो भी पैसा नहीं होंगे वो आस होंगी भी डिलीवरी हो जाएगी जिन्ना क जो खाण पीन तो छोड़ो भी हस्पताल डिलीवरी कर देना हूँ की होंगे सी खुराक तक ता खाधी होगी जो को पैसा होगा वो खून की घाट करके डॉक्टर रैफर कर देंगे सी चलो जी फरीदकोट लै जाओ चलो दिल्ली लै जाओ वो लेडी का हसबेंड ब्रदर तो फादर तिना को लड़ा के उन्ना पैसा गरीब परिवार प्रसूति पीड़ा चो चीक चीक रही है भी मेरा खड़ा छड़ा दो मैं दुखी हूँ ठीक है पर असी कहने भी नहीं नहीं साढ़े को फैसिलिटी नहीं अग लाने हस्पताल की करने जिते असी एक फस्ट एड नहीं दे सकते सर विधानसभा लड़ी लड़ के जच्चा बच्चा का 6 करोड़ का हस्पताल लग गया फिर रौली 6 करोड़ का हस्पताल आ गया कर लो उद्घाटन तुसी करो पर मेरी जगह उन्होंने जरूरत है कम की जरूरत है
ਉਦਘਾਟਨ ਕਰਨ ਆਈ। ਮੈਂ ਕਿਹਾ ਸਰ ਵੀ ਨਾਲ ਹੀ ਆਈ ਸੀ ਯੂ ਯੂਨਿਟ ਦਾ ਪ੍ਰਬੰਧ ਕਰੋ ਇੱਥੇ। ਉਹ ਕਹਿੰਦੇ ਪੰਜ ਬੈੱਡ ਦੇ ਦਾਂਗੇ ਆਈ ਸੀ ਯੂ। ਚਲੋ ਘੱਟੋ ਘੱਟ ਦੇਖੋ ਪਰਮਾਤਮਾ ਕਿਸੇ ਦੇ ਘਰ ਦੁੱਖ ਨਾ ਲਿਆ, ਪਰ ਜੇ ਦੁੱਖ ਆ ਗਿਆ ਤਾਂ ਸਰਕਾਰ ਦਾ ਫਰਜ਼ ਕੀ ਹੈ? ਸਰਕਾਰ ਦਾ ਫਰਜ਼ ਹੈ ਸਿਹਤ ਸਿੱਖਿਆ ਲੋਕਾਂ ਨੂੰ ਦੇਵੇ, ਫਰੀ ਨਹੀਂ, ਫਰੀ ਨਹੀਂ, ਉਹਨਾਂ ਦਾ ਟੈਕਸ ਦੀ ਵਾਪਸੀ ਕਰੇ। ਫਰੀ ਤਾਂ ਸਰਕਾਰ, ਪੰਜਾਬ ਸਰਕਾਰ ਜਾਂ ਕੋਈ ਵੀ ਸਰਕਾਰ, ਦੁਨੀਆ ਦੀ ਕੋਈ ਵੀ ਸਰਕਾਰ, ਫਰੀ ਹੁੰਦੀ ਹੈ ਉਹ ਚੀਜ਼ ਜਿਹੜੀ ਚੀਜ਼ ਤੁਸੀਂ ਆਪਣੇ ਅਕਾਊਂਟ 'ਚੋਂ ਕਢਾ ਕੇ ਅਗਲੇ ਨੂੰ ਅਗਲੇ ਤੋਂ ਕੁਛ ਲਏ ਬਿਨਾਂ ਦਿੰਦੇ, ਦੈਟ ਇਜ਼ ਕਾਲਡ ਫਰੀ। ਪਰ ਤੁਸੀਂ ਉਹਨਾਂ ਤੋਂ ਪਹਿਲਾਂ 90 ਤਰ੍ਹਾਂ ਦੇ ਟੈਕਸ ਲੈ ਲਏ, ਖਜ਼ਾਨਾ ਭਰ ਲਿਆ, ਜਦੋਂ ਉਹਨਾਂ ਨੂੰ ਦੇਣੀ ਹੈ ਤੁਸੀਂ ਤੁਸੀਂ ਇਹ ਸ਼ੋਅ ਕਰਦੇ ਹੋ ਵੀ ਤੁਸੀਂ ਸਾਡਾ ਧੰਨਵਾਦ ਕਰੋ, ਅਸੀਂ ਤੁਹਾਨੂੰ ਫਰੀ ਦੇ ਰਹੇ, ਤੁਸੀਂ ਕਿਉਂ ਨਹੀਂ ਕਮਿਟ ਕਰਦੇ ਵੀ ਭਾਈ ਤੁਹਾਡਾ ਅਸੀਂ 100% ਟੈਕਸ 'ਚੋਂ ਤਾਂ 100 ਨਹੀਂ ਮੁੜ ਸਕਦੇ, ਪਰ ਇਹ 10% ਤਾਂ ਤੁਹਾਨੂੰ ਰਿਲੀਫ ਦੇ ਰਹੇ ਹਾਂ। ਇਹ ਸਰਕਾਰਾਂ ਦੇ ਫਰਜ਼ ਬਣਦੇ ਆ। ਕਰੋਨਾ ਕਾਲ ਦੇ ਵਿੱਚ ਸਾਨੂੰ ਸਭ ਤੋਂ ਵੱਧ ਜ਼ਰੂਰਤ ਸੀ ਮੈਡੀਕਲ ਹੋਸਪਿਟਲਸ, 65 ਵੈਂਟੀਲੇਟਰ ਸਾਡੇ ਫਰੀਦਕੋਟ ਦੇ ਨਾਮੀ ਹਸਪਤਾਲ ਦੇ ਵਿੱਚ ਬਿਨਾਂ ਬੰਦਿਆਂ ਤੋਂ, ਜਦੋਂ ਅਸੀਂ ਆਕਸੀਜਨ ਲਈ ਤੜਫ ਰਹੇ ਸੀ ਬਿਨਾਂ ਵਰਕਰਸ ਤੋਂ ਪਏ ਗਲ ਗਏ। ਫਿਰ ਲੋਕ ਕਹਿੰਦੇ ਹੀ ਆ ਨਾ ਇਹ ਸਰਕਾਰਾਂ ਕਰਦੀਆਂ ਕੀ ਹੀਰਾ ਫੇਰੀ, 400 ਨਹੀਂ ਤੁਸੀਂ 65 ਲੋਕ ਅਤੇ 150 ਲੋਕਾਂ ਦੀ ਜਾਨ ਬਚਾ ਸਕਦੇ। ਤੁਹਾਡਾ ਸਾਨੂੰ ਸਮਾਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ ਜੀ। ਮੈਂ ਆਪਣੇ ਜਗਰਾਓਂ ਹਲਕੇ ਦੇ ਵਿੱਚ ਅਕਸਰ ਜਾਂਦੀ ਆਉਂਦੀ ਰਹਿੰਦੀ ਹਾਂ। ਕਿਸੇ ਦੀ ਮੈਂ ਧੀ ਹਾਂ, ਕਿਸੇ ਦੀ ਮੈਂ ਭੈਣ ਹਾਂ, ਕਿਸੇ ਦੀ ਮੈਂ ਬੇਟੀ ਕਰਕੇ ਸਿਰ 'ਤੇ ਹੱਥ ਰੱਖਦੇ ਹਾਂ, ਕਿਸੇ ਦੀ ਮੈਂ ਸਹੇਲੀ ਹਾਂ। ਬ੍ਰਦਰਸ ਦੇ ਹੋਣ ਦੇ ਨਾਤੇ ਬੜਾ ਪਿਆਰ ਦਿੱਤਾ ਲੋਕਾਂ ਨੇ, ਅਥਾਹ ਪਿਆਰ ਦਿੱਤਾ ਜਗਰਾਓਂ ਦੇ ਲੋਕਾਂ ਨੇ। ਪਰ ਇੱਕ ਗੱਲ ਦਾ ਮਾਣ ਮਹਿਸੂਸ ਕਰਦੀ ਹਾਂ, ਜਦੋਂ ਕੋਈ ਮੇਰੇ ਵਿਰੁੱਧ ਕੋਈ ਕੁਝ ਹੀ ਚਾਲ ਚੱਲਦਾ ਤਾਂ ਲੋਕ ਠੋਕ ਕੇ ਜਵਾਬ ਦਿੰਦੇ ਆ, ਉਸ ਗੱਲ ਮੈਨੂੰ ਬੋਲਣਾ ਵੀ ਨਹੀਂ ਪੈਂਦਾ। ਅਤੇ ਇੱਥੇ ਮਹਿਸੂਸ ਹੁੰਦਾ ਵੀ ਮੇਰਾ ਹੁਣ ਪਰਿਵਾਰ ਬਹੁਤ ਵੱਡਾ, ਅਤੇ ਮੈਂ ਆਸ ਰੱਖਦੀ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੇਰੇ ਕੰਮ ਜ਼ਰੂਰ ਬੋਲਣਗੇ, ਲੋਕਾਂ ਪ੍ਰਤੀ ਇਮਾਨਦਾਰੀ ਅਤੇ ਕੰਮ ਕਰਨ ਦੀ ਭਾਵਨਾ ਬੋਲੇਗੀ। ਪਰਮਾਤਮਾ ਨੇ ਬਖਸ਼ਿਸ਼ ਕੀਤੀ ਤਾਂ ਇਸ ਤੋਂ ਵੱਡੀ ਲੀਡ ਹੋਏਗੀ।